ਜਿੰਨੀ ਪੁਲਿਸ ਆ ਤੇ ਕਦੀ ਵੀ ਚਿੱਟਾ ਇੱਥੇ ਦੀ ਪੰਜਾਬ ਵਿੱਚ ਆ ਸਕਦਾ ਹੈ ਨਾ ਤੇ ਇੱਕ ਸਰਕਾਰ ਜਾਂਦੀ ਹੈ ਨੇ ਤਾਂ ਸਭ ਕੁਝ ਹੋਇਆ ਤਾਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਨਹੀਂ ਵੈਸੇ ਤਾਂ ਮੁੱਦੇ ਮਾਰਦੇ ਨੇ ਵੈਸੇ ਚਲੋ ਇੱਕ ਗੱਲ ਕਦੀ ਤਾਂ ਮਿਲ ਜਾਂਦਾ ਆਰਾਮ ਨਾਲ ਬੋਲੇ ਆਰਾਮ ਨਾਲ ਮਿਲ ਜਾਂਦਾ ਕੋਈ ਨਹੀਂ ਤੁਸੀਂ ਆਪ ਲੈਣ ਜਾਂਦੇ ਹੋ ਕੋਈ ਕਹੇ ਲੋਕਾਂ ਨੂੰ ਮੰਗਵਾ ਕੇ ਅੱਛਾ ਖੁਦ ਜਾਂਦੇ ਸਾਰੇ ਕਹਿੰਦੇ ਨੇ ਮੈਂ ਕੋਈ ਕਹਿੰਦਾ ਹੈ ਮੈਂ ਸੈਂਟਰ ਚ ਕਰ ਲਾਂਗਾ ਕੋਈ ਕਹਿੰਦਾ ਮੈਂ ਕਿਤੇ ਲੈ ਕੇ ਜਾਵਾਂਗਾ ਤੇ ਪਰ ਮੇਰੀ ਕੋਈ ਮਦਦ ਨਹੀਂ ਹੋਈ ਮੈਂ ਇਕੱਲੀ ਕੀ ਕਰਦੀ ਨਾ ਮੇਰੇ ਮਾਂ ਪਿਓ ਆ ਮੈਂ ਇਕੱਲੀ ਰਹਿੰਦੀ ਹਾਂ ਇਸ ਕਰਕੇ ਮੈਂ ਚਿੱਟਾ ਲਾਉਂਦੀ ਹਾਂ ਤੇ ਲਾ ਕੇ ਸੋ ਜਾਂਦੀ ਹਾਂ ਕਿ ਮੈਨੂੰ ਕੋਈ ਟੈਨਸ਼ਨ ਨਾ ਹੋਏ ਕੋਈ ਕੁਛ ਨਾ ਹੋਏ ਤੇ ਨਾ ਕਿਸੇ ਦੀ ਯਾਦ ਆਵੇ ਏਦਾਂ ਹੀ ਮੈਂ ਚਿੱਟੇ ਦੇ ਉੱਤੇ ਲਾ ਦਿੱਤਾ ਸਾਰਿਆਂ ਨੇ ਮੈਨੂੰ 7 ਸਾਲ ਹੋ ਗਏ ਨੇ ਚਿੱਟੇ ਤੇ ਲਾ ਦਿੱਤਾ ਹੈ ਠੀਕ ਆ ਤੇ ਅੱਜ ਮੇਰਾ ਕੋਈ ਸਾਥ ਨਹੀਂ ਦੇਣ ਡਿਆ ਹੈਗਾ ਨਾ ਪੁਲਿਸ ਥਾਣੇ ਵਿੱਚ ਮੇਰੀ ਕੋਈ ਮਦਦ ਹੋਈ ਨਾ ਸਰਕਾਰੀ ਹੋਸਪਿਟਲ ਦੇ ਵਿੱਚ ਮੇਰਾ ਕੋਈ ਇਲਾਜ ਹੋਇਆ ਠੀਕ ਆ ਤੇ ਨਾ ਹੀ ਮੇਰੇ ਪਿੰਡ ਦੇ ਸਰਪੰਚਾਂ ਨੇ ਕੋਈ ਮੈਨੂੰ ਮਦਦ ਕੀਤੀ ਤੇ ਮੈਂ ਚਿੱਟੇ ਦੇ ਦਲਦਲ ਦੇ ਵਿੱਚ ਇੱਦਾਂ ਫਸੀ ਹੋਈ ਹਾਂ ਕਿ ਮੈਂ ਹਜੇ ਨਿਕਲ ਨਹੀਂ ਸਕਦੀ ਹੈਗੀ ਮੈਨੂੰ 7 ਸਾਲ ਹੋ ਗਏ ਆ ਚਿੱਟਾ ਲਾਉਂਦਿਆਂ ਨੂੰ ਤੇ ਪਰ ਮੇਰੀ ਕੋਈ ਮਦਦ ਨਹੀਂ ਕਰ ਰਿਹਾ ਹੈਗਾ ਸਾਰੇ ਕਹਿੰਦੇ ਨੇ ਮੈਂ ਕੋਈ ਕਹਿੰਦਾ ਹੈ ਮੈਂ ਸੈਂਟਰ 'ਚ ਕਰ ਲਾਂਗਾ ਕੋਈ ਕਹਿੰਦਾ ਮੈਂ ਕਿਤੇ ਲੈ ਕੇ ਜਾਵਾਂਗਾ ਤੇ ਪਰ ਮੇਰੀ ਕੋਈ ਮਦਦ ਨਹੀਂ ਹੋਈ ਮੈਂ ਬਹੁਤ ਕੋਸ਼ਿਸ਼ ਕੀਤੀ ਤੁਹਾਨੂੰ ਦੱਸ ਰਹੀ ਹਾਂ ਪਰ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ ਹੈਗੀ ਮੈਂ ਇਕੱਲੀ ਕੀ ਕਰਦੀ ਨਾ ਮੇਰੇ ਮਾਂ ਪਿਓ ਆ ਮੈਂ ਇਕੱਲੀ ਰਹਿੰਦੀ ਹਾਂ ਇਸ ਕਰਕੇ ਮੈਂ ਚਿੱਟਾ ਲਾਉਂਦੀ ਹਾਂ ਅਤੇ ਲਾ ਕੇ ਸੋ ਜਾਂਦੀ ਹਾਂ ਕਿ ਮੈਨੂੰ ਕੋਈ ਟੈਨਸ਼ਨ ਨਾ ਹੋਏ ਕੋਈ ਕੁਛ ਨਾ ਹੋਏ ਅਤੇ ਨਾ ਕਿਸੇ ਦੀ ਯਾਦ ਆਵੇ ਉਹਨਾਂ ਨੇ ਮੇਰੇ ਨੱਕ ਵਿੱਚ ਪਾਇਆ ਉਹ ਕਹਿੰਦੇ ਕਿ ਇਹ ਦੇਸੀ ਦਵਾਈ ਆ ਮੈਂ ਬਿਮਾਰ ਸੀਗੀ ਮੈਨੂੰ ਉਹਨਾਂ ਨੇ ਨੱਕ ਵਿੱਚ ਪਾਈ ਡਰੱਗਸ ਅਤੇ ਹੌਲੀ ਹੌਲੀ ਮੈਨੂੰ ਮਤਲਬ ਇੱਦਾਂ ਦੇ ਲੱਗੇ ਡਰੱਗਸ ਜਦੋਂ 5-6 ਦਿਨ 7 ਦਿਨ ਹੋ ਗਏ ਅਤੇ ਉਹ ਲੈ ਕੇ ਨਹੀਂ ਆਇਆ ਅਤੇ ਬਾਅਦ ਵਿੱਚ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਵਾਈਟ ਡਰੱਗਸ ਲੈ ਕੇ ਕਿਉਂ ਨਹੀਂ ਆਇਆ ਹੈਗਾ ਅਤੇ ਉਹ ਚਿੱਟਾ ਡਰੱਗਸ ਕਹਿਣ ਡੀਆਂ ਕਿ ਤੂੰ ਦੇਸੀ ਦਵਾਈ ਜਿਹੜੀ ਖਤਮ ਹੋ ਗਈ ਹੈ ਅਤੇ ਲੈ ਕੇ ਕਿਉਂ ਨਹੀਂ ਆਇਆ ਹੈਗਾ ਕਹਿੰਦਾ ਮੈਂ ਤਾਂ ਚਿੱਟਾ ਦਿੰਦਾ ਰਿਹਾ ਅਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਮੇਰੀ ਲਾਈਫ ਕਿਉਂ ਬਰਬਾਦ ਕੀਤੀ ਤੂੰ ਮੈਨੂੰ ਚਿੱਟਾ ਕਿਉਂ ਦਿੱਤਾ ਤੂੰ ਉੱਦਾਂ ਮੈਨੂੰ ਐਡਮਿਟ ਵਗੈਰਾ ਕਰਾ ਦਿੰਦਾ ਹੋਸਪਿਟਲ ਹੈ ਨਾ ਠੀਕ ਕਰਾ ਦਿੰਦਾ ਤੂੰ ਬਾਬਾ ਕਹਿ ਕੇ ਬਾਬੇ ਦਾ ਕਹਿ ਕੇ ਕਿ ਇਹ ਦੇਸੀ ਦਵਾਈ ਆ ਅਤੇ ਮੇਰੀ ਲਾਈਫ ਬਰਬਾਦ ਕਰ ਦਿੱਤੀ ਆ ਅਤੇ ਕਹਿੰਦਾ ਕੁਝ ਵੀ ਬਰਬਾਦ ਨਹੀਂ ਹੋਈ ਮੈਂ ਤੈਨੂੰ ਲਿਆ ਕੇ ਦਿੰਦਾ ਵਾਂ ਅਤੇ ਉਹਨੇ ਲਿਆਂਦਾ ਪਰ ਉਹਨੂੰ ਥੋੜ੍ਹਾ ਮਿਲਿਆ ਫਿਰ ਉਹਨੇ ਮੈਨੂੰ ਇੰਜੈਕਸ਼ਨ 'ਤੇ ਲਾ ਦਿੱਤਾ ਅਤੇ ਫਿਰ ਹੌਲੀ ਹੌਲੀ ਇੰਜੈਕਸ਼ਨ ਲਾਉਣ ਲੱਗੇ ਅਤੇ ਇੱਦਾਂ ਹੀ ਮੈਨੂੰ ਚਿੱਟੇ ਦੇ ਉੱਤੇ ਲਾ ਦਿੱਤਾ ਸਾਰਿਆਂ ਨੇ ਮੈਨੂੰ 7 ਸਾਲ ਹੋ ਗਏ ਨੇ ਸਾਡੇ ਕੋਲ ਨਾ ਸਵੇਰੇ ਇੱਕ ਪੇਸ਼ੈਂਟ ਆਇਆ ਉਸ ਟਾਈਮ ਇਹ ਸਾਡੇ ਕੋਲ ਅਨਨੋਨ ਪੇਸ਼ੈਂਟ ਸੀਗਾ ਐਂਬੂਲੈਂਸ ਛੱਡ ਕੇ ਗਈ ਸੀ ਇਸ ਪੇਸ਼ੈਂਟ ਨੂੰ ਅਤੇ ਇਹਦੇ ਹਾਲਾਤ ਬਹੁਤ ਹੀ ਖਰਾਬ ਸੀਗੇ ਅਨਕੋਨਸ਼ੀਅਸ ਸੀਗੀ ਕੁਛ ਦੱਸ ਨਹੀਂ ਰਹੀ ਸੀਗੀ ਅਤੇ ਫਿਰ ਅਸੀਂ ਇਹਨੂੰ ਇੰਜੈਕਸ਼ਨ ਵਗੈਰਾ ਲਾਏ ਹੁਣ ਥੋੜ੍ਹੀ ਜਿਹੀ ਹੋਸ਼ 'ਚ ਆਈ ਸੀਗੀ ਹੁਣ ਇਹਨੇ ਆਪਣਾ ਨਾਮ ਦੱਸਿਆ ਕਿ ਮੈਂ ਸੋਨੀਆ ਵਾਂ ਅਤੇ ਮੈਂ ਕਾਦੀਆਂ ਤੋਂ ਕਿਸੇ ਪਿੰਡ ਤੋਂ ਬਿਲੋਂਗ ਕਰਦੀ ਹਾਂ ਅਤੇ ਹੁਣ ਇਹਨੇ ਆਪਣੀ ਸਾਰੀ ਹਿਸਟਰੀ ਦਿੱਤੀ ਹੈ ਕਿ ਮੈਂ ਨਸ਼ਾ ਕਰਦੀ ਹਾਂ ਮੇਰਾ ਵਿਆਹ ਹੋ ਰੱਖਿਆ ਹੈ ਅਤੇ ਮੇਰੇ ਹਸਬੈਂਡ ਵੀ ਨਸ਼ਾ ਕਰਦੇ ਨੇ ਅਤੇ ਮੈਨੂੰ ਉਹਨੇ ਹੀ ਲੱਤ ਲਾਈ ਹੈ ਹੁਣ ਉਹਨੇ ਪੂਰੀ ਹਿਸਟਰੀ ਦਿੱਤੀ ਹੈਗੀ ਆ
ਤੇ ਬਾਕੀ ਇਹ ਕਿ ਸਾਈਕੈਟ੍ਰਿਕ ਓਪੀਨੀਅਨ ਜੋ ਵੀ ਸਾਡਾ ਬੰਦਾ ਸੀ ਅਸੀਂ ਆਪਣਾ ਸਾਰਾ ਕੀਤਾ ਹੋਇਆ ਵਾ ਡਾਕਟਰ ਨੂੰ ਦਿਖਾ ਦਿੱਤਾ ਹੈ ਪੇਸ਼ੈਂਟ ਬਾਕੀ ਇਹ ਦੇ ਨਾਲ ਕੋਈ ਅਟੈਂਡੈਂਟ ਨਹੀਂ ਹੈਗਾ ਇਕੱਲੀ ਆਈ ਹੋਈ ਆ ਅਤੇ ਜੋ ਸਾਡਾ ਟ੍ਰੀਟਮੈਂਟ ਸੀ ਅਸੀਂ ਇਹਨੂੰ ਕੱਟ ਦਿੱਤਾ ਵਾ ਬਾਕੀ ਹੁਣ ਇਹਨੂੰ ਡਰੈਸਿੰਗ ਕਰਵਾਉਣ ਵਾਸਤੇ ਵੀ ਕਹਿ ਰਹੇ ਹਾਂ ਬਟ ਉਹ ਰਿਫਿਊਜ਼ਡ ਕਰ ਰਹੀ ਹੈ ਕਿ ਨਹੀਂ ਮੈਂ ਨਹੀਂ ਕਰਵਾਉਣੀ ਹੈਗੀ ਕੀੜੇ ਪਏ ਹੋਏ ਆ ਅਤੇ ਅਸੀਂ ਬਥੇਰਾ ਨੂੰ ਕਹਿੰਦੇ ਪਏ ਹਾਂ ਕਿ ਕੋਈ ਨਾ ਨਿਕਲ ਜਾਣਗੇ ਸਾਫ਼ ਕਰ ਦਿੰਦੇ ਹਾਂ ਬਟ ਉਹ ਹੁਣ ਨਹੀਂ ਮੰਨਦੀ ਪਈ ਪਰ ਅਸੀਂ ਇਹਨੂੰ ਸਮਝਾਵਾਂਗੇ ਦਾਖਲ ਕਰ ਲਿਆ ਇਹਨੂੰ ਅਸੀਂ ਹੁਣ ਪ੍ਰੋਪਰ ਟ੍ਰੀਟਮੈਂਟ ਚੱਲੇਗਾ ਇਹਦਾ ਬਾਕੀ ਦੇਖਦੇ ਹਾਂ ਅੱਗੇ ਕੀ